ਬਠਿੰਡਾ ਜੇਲ੍ਹ ਪੁਲਿਸ ਕਰਮੀਆਂ ਦੇ ਪੈਰਾਂ ਦੇ ਥੱਲਿਓਂ ਜ਼ਮੀਨ ਉਸ ਵੇਲੇ ਨਿਕਲ ਗਈ ਜਦੋਂ ਪੁਲਿਸ ਕਰਮੀਆਂ ਦੇ ਵੱਲੋਂ ਇੱਕ ਕੈਦੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ, ਪਰ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ। ਬੜੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਕੈਦੀ ਨੂੰ ਗ੍ਰਿਫਤਾਰ ਕੀਤਾ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਜੇਲ੍ਹ ਦੇ ਵਿੱਚੋਂ ਕੈਦੀਆਂ ਨੂੰ ਬਠਿੰਡਾ ਸਿਵਲ ਹਸਪਤਾਲ ਦੇ ਵਿੱਚ ਚੈਕਿੰਗ ਦੇ ਲਈ ਲਿਆਂਦਾ ਗਿਆ ਸੀ। ਉਸੇ ਦੌਰਾਨ ਇੱਕ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਭੱਜ ਗਿਆ। ਹਾਜੀ ਰਤਨ ਚੌਂਕ ਤੇ ਜਾ ਕੇ ਇੱਕ ਛੱਤ ਦੇ ਉੱਤੇ ਚੜ ਗਿਆ। ਪੁਲਿਸ ਕਰਮੀਆਂ ਨੇ ਬਹਾਦਰੀ ਦੇ ਨਾਲ ਉਸਦਾ ਪਿੱਛਾ ਕੀਤਾ ਅਤੇ ਛੱਤ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਗਨੀਮਤ ਇਹ ਰਹੀ ਹੈ ਕਿ ਭੱਜਣ ਦੀ ਕੋਸ਼ਿਸ਼ ਕਰਨ ਵਾਲਾ ਕੈਦੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਗਿਆ। ਇਹ ਕਿੱਥੇ ਹੈ ਕੈਦੀ, ਇੱਥੇ ਕਿਵੇਂ ਲੈ ਕੇ ਆਏ ਸੀ ਇਹਨੂੰ? ਇਹ ਰਾਜ ਚੈੱਕਅਪ ਵਾਸਤੇ ਲੈ ਕੇ ਆਏ ਸੀ। ਚੈੱਕਅਪ ਵਾਸਤੇ ਲੈ ਕੇ ਆਏ ਸੀ? ਰਾਜ ਬਿਮਾਰੀ ਕਹਿੰਦੇ ਦੌਰਾ ਪੈ ਰਿਹਾ, ਕਹਿੰਦਾ ਮੈਨੂੰ ਚੈੱਕਅਪ ਵਾਸਤੇ ਹਸਪਤਾਲ ਲੈ ਕੇ ਆਏ। ਇੱਥੋਂ ਚਕਮਾ ਦੇ ਕੇ ਭੱਜ ਲਿਆ? ਚਕਮਾ ਦੇ ਕੇ ਡੀਟੈਕਸ਼ਨ ਸੈਂਟਰ ਤੋਂ ਭੱਜਣਾ ਸੀ ਸਾਊ ਕੇਂਦਰ ਚੋਂ। ਹਾਜੀ ਦਾ ਸੌਂਗ ਉੱਥੇ ਕੋਠੇ ਚੜ ਗਿਆ, ਕੋਠੇ ਜੱਫਾ ਮਾਰ ਕੇ ਸੁੱਟਿਆ ਥੱਲੇ ਉੱਪਰ ਫੜਿਆ ਛੱਤ। ਇੱਕ ਜਾਣਾ ਸੀ, ਕਿੰਨੇ ਜਾਣੇ ਸੀ, ਕਿਹੜੇ ਮਾਮਲੇ ਚ? ਬਠਿੰਡਾ ਤੋਂ ਕੈਮਰਾਮੈਨ ਰਜੇਸ਼ ਕੁਮਾਰ ਦੇ ਨਾਲ ਜੁਗਨੂ ਸ਼ਰਮਾ ਦੀ ਰਿਪੋਰਟ, ਜਗਤ ਸੇਵਕ, ਵੈਬ ਟੀਵੀ।